ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ। ਠੰਡ ਯਾਰ ਘਟਣ ਦਾ ਨੌਂ ਹੀ ਨਹੀਂ ਲੈਂਦੀ, ਅੱਜ ਫਿਰ ਬਹੁਤ ਠੰਡ ਆ। ਅੱਜ ਸਵੇਰੇ ਸਵੇਰੇ 2-4 ਲੇਬਰ ਦਿਹਾੜੀ 'ਤੇ ਲੈ ਕੇ ਬੇਲਾਂ ਵੱਢਣ ਲਾਈਆਂ ਨੇ 4 ਕਬੜੀਆਂ, ਵੀ ਉਹ ਜਿਹੜੀ ਮਾੜੀ ਮੋਟੀ ਜਿਵੇਂ ਖਾਲਾਂ ਖੁਲਾਂ 'ਤੇ ਲਿਫਟ ਚੱਕਦੇ ਉਹ ਰਹਿ ਜਾਂਦੇ ਸੀ ਨਾ, ਕਿਉਂਕਿ ਆਪਣੇ ਬੰਦਿਆਂ ਦਾ ਹੋਰ ਹੀ ਕੰਮ ਨਹੀਂ ਮੁੱਕਦਾ ਹੈਗਾ, ਅਤੇ ਉਹ ਚੱਲੀ ਜਾਂਦਾ ਰਿਓ ਰਿਓ ਪਾਉਣਾ ਕਣਕ 'ਤੇ, ਉਹ ਚੌੜੇ ਪੱਤੇ ਵਾਲੀ ਸਪਰੇ ਸਪਰੂ ਜੀ ਕਰਨੀ ਜਿੱਥੇ ਹੈਗਾ ਚੱਲਦਾ ਹੈ ਨਾ। ਅਤੇ ਅੱਜ ਸਵੇਰੇ ਸਵੇਰੇ ਕਬਾੜ ਵੇਚਣ ਦਾ ਕੰਮ ਕੱਢਿਆ ਸੀਗਾ, ਸਫਾਈਆਂ ਕਰਦਿਆਂ ਨੇ ਨਾ ਰੰਗ ਰੁੰਗ ਦੀਆਂ, ਅਤੇ ਕਬਾੜ ਕਬੂੜ ਕੱਢਿਆ ਸੀਗਾ ਅਤੇ ਉਹ ਵੇਚਣ ਲੱਗੇ ਹਾਂ। ਗੱਤਾ ਗੁੱਤਾ ਵੇਚਿਆ, ਲੋਹੇ ਦਾ ਸਮਾਨ ਸੀਗਾ ਉਹ ਵੇਚਿਆ, ਟੈਂਪੂ 'ਚੋਂ ਵਧੀਆ ਵਧੀਆ। ਫਿਰ ਇਹ ਉਹ ਆ ਛੁਰੀਆਂ, ਗੱਤਾ ਗੁੱਤਾ ਸੀਗਾ ਦਵਾਈਆਂ ਵਾਲਾ, ਹੋਰ ਸੀਗਾ ਲਟਰਮ ਪਟਰਮ ਬਥੇਰਾ ਸੀਗਾ, ਲੋਹਾ ਸਾਰਾ ਕੁਛ ਉਹ ਵੇਚਤਾ। ਆਲੂ ਵਾਲੀਆਂ ਮਸ਼ੀਨਾਂ ਰਿਪੇਅਰ ਹੋਈਆਂ ਸੀ, ਉਹਨਾਂ ਦਾ ਸਮਾਨ ਸਮੂਨ ਜਿਹਾ ਸੀਗਾ। ਉਹ ਨਹੀਂ, ਇਹ ਤਾਂ ਫਿਰ ਜਿਹੜੀ ਹੁਣ ਜਿੰਨੀ ਆਲੂ ਵਾਲੀ ਦਵਾਈ ਆ ਉਹ ਤਾਂ ਪੈਕਟਾਂ ਵਾਲੀ ਹੀ ਹੁੰਦੀ ਆ, ਦੂਜੀ ਤਾਂ ਆਉਂਦੀ ਨਹੀਂ। ਇਹ 'ਚ ਵੀ ਉਹੀ ਆ ਜਿਹੜੀ ਆ ਬੀਜ ਨੂੰ ਲਾਈ ਆ ਦਵਾਈ, ਹੋਰ ਤਾਂ ਹੈ ਨਹੀਂ। ਪਿੱਤਰਾ ਮਸ਼ੀਨਾਂ ਚਾਰੇ ਹੋ ਕੇ ਆ ਗਈਆਂ, ਚੱਲ ਇਹ ਤਾਂ ਹੁਣ ਇਹ ਤਾਂ ਚਾਲੂ ਆ, ਪਹਿਲਾਂ ਇਹੀ ਚਲਾ। ਇਹਦੇ ਨਾ ਉਹ ਬਲੇਡ ਨਵੇਂ ਪਾ ਦੇਣੇ ਸੀਗੇ, ਜਾਂ ਥੋੜ੍ਹਾ ਚਲਾ ਕੇ ਪਾ ਦਿੰਦੇ ਹਾਂ ਕਿ ਆਲੂ ਨਾ ਵੱਢੇ ਬਸ। ਨਹੀਂ ਉਹ ਕਰਦੇ ਆ ਇਹਨੂੰ ਖੜਾ ਦਿੰਦੇ ਆ, ਉਹ ਰੱਖ ਲਈਏ ਇਹਨੂੰ ਵੀ ਹਾਂ ਜੇ ਲੋੜ, ਕਿਉਂਕਿ ਉਹ ਤਿੰਨਾਂ ਦਾ ਕੰਮ ਪੂਰਾ ਹੋਇਆ ਆ, ਇਹਨੂੰ ਆਪਾਂ ਹਜੇ ਕਰਾਇਆ ਨੀ, ਜੇ ਲੋੜ ਪਈ ਤਾਂ ਇਹਨੂੰ ਉਵੇਂ ਵਰਤ ਲਿਆ ਕਰਾਂਗੇ, ਠੀਕ ਨੀ। ਮਾੜਾ ਲਿਖ ਲੈਣਾ ਸੀ 19 ਕਿਲੋ 700 ਕੁਛ ਕਰਾਵਾਂਗੇ, ਦਸ ਤੇ 19 ਪਾ ਦੇ ਬਸ। ਪਲਾਸਟਿਕ ਜਿਹਾ ਹੋਰ ਵੀ ਜਿਹੜਾ ਰਹਿੰਦਾ ਤੋਲਦੇ ਆ, ਟੀਨ ਟੂਨ ਜੀ। ਪਿੱਤਰਾ ਜਾਣ ਛਾਲ ਵੇਚਤਾ, ਇਹ ਨਾ ਵੇਚੀ, ਉਹ ਟਰਾਂਸਫਾਰਮ ਵੀ ਅੰਦਰ ਰੱਖਣਾ ਸੀ ਯਾਰ, ਉਹਨੂੰ ਚੱਕ ਕੇ ਨਾ ਉੱਥੇ ਕੰਧ ਦੇ ਨਾਲ ਰਖਾ ਦੇ, ਫਿਰ ਐਵੇਂ ਡਿੱਕਾ ਡੁੱਕਾ ਨਹੀਂ ਲੱਗਦਾ। ਤੇ ਉਹ ਜਿਹੜੇ ਬਾਹਰ ਪੈਪ ਪਏ ਆ ਉਹ ਵੀ ਰਿੜਕਣਾ ਦੇਣੇ ਆ, ਟੀਨ ਸਾਰਾ ਅੱਡ ਤੋਲਦੇ, ਆਹੋ ਫਿਰ ਉਹ ਟੀਨ ਇਹ ਅੱਡ ਤੋਂ। ਇਹ ਕਹਿੰਦਾ ਬੈਲਟਾਂ ਵੀ ਲੈ ਲੈਂਦਾ ਮੈਂ। ਅੱਛਾ ਬੈਲਟਾਂ ਕੀ ਰੇਟ ਹੁੰਦੀਆਂ ਬਾਈ? ਬੈਲਟਾਂ ਨਹੀਂ ਉਹ ਛਾਲ ਨਹੀਂ ਦੇਣਾ,
12 ਕਿਲੋ ਲਿਖ ਲਓ ਨਾਲ ਟੀਨ ਲਿਖ ਲਿਓ ਨਾਲ ਟੀ ਪਾ ਦੇ ਹਾਂ ਟੀ ਪਾ ਦੇ ਟੀਨ ਹੋ ਜੂ ਬਸ ਇਹਦੇ ਜੀ ਪਾ ਦੇ ਜਾਲ ਆਪਾਂ ਦੇਣਾ ਨੀ ਹੈਗਾ ਆਲੂ ਵਾਲਾ ਇਹ ਰੱਖਣਾ ਵਾ ਇਹ ਜਾਲ ਸਰ ਹੈ ਇਹ ਤਾਂ ਲੋਹਾ ਵਾ ਇਹਦੇ ਵਿੱਚ ਕੀ ਆ ਸਮਾਨ ਦੇਖ ਲਿਆ ਸੀ ਕੋਈ ਨਟ ਕੰਮ ਘੁੰਮਦਾ ਤਾਂ ਨਹੀਂ ਯਾਰ ਆਹ ਨਟ ਤਾਂ ਸਾਰੇ ਨਵੇਂ ਆ ਯਾਰ ਕੱਢੇ ਕਿੱਥੋਂ ਆ ਇਹ ਨਟ ਇਹਨੂੰ ਪਰਾਂ ਕਰ ਆਹ ਤਾਂ ਰੇਂਚ ਬਿਲਡਿੰਗ ਹੋ ਜੂ ਤਾਂ ਉਹ ਦੇਖ ਉਹਦੇ ਵਿੱਚ ਕੀ ਆ ਸਵਰਾਜ ਦੀਆਂ ਨੇ ਇਹ ਦੋਨੇ ਨਵੇਂ ਆ ਦੇ ਢੇਰੀ ਕਰ ਲਾ ਇਹਦੇ ਕੰਡਾ ਕਰੀ ਚੱਲ ਪੈ ਨਾਲ ਜਿਹੜਾ ਨਹੀਂ ਵਰਤਣਾ ਪਲੇਟ ਸੱਟ ਦੇ ਮਜਲੂ ਆਹ ਤਾਂ ਦਾ ਨੂੰ ਕੰਮ ਇਹ ਤਾਂ ਬਲੇਡ ਆ ਮਜਲੂ ਇਹ ਰਹਿਣ ਦੇ ਨਟ ਸਾਰੇ ਉਹ ਬੋਰੇ ਚ ਪਾ ਆ ਵੀ ਬਲੇਡ ਨੀ ਦੇਣੇ ਆ ਮੱਕੀ ਵਾਲੇ ਦੇ ਆ ਪੈਪ ਵੀ ਚੱਕ ਲਾ ਆ ਪੈਪ ਵੀ ਨਵੀਂ ਆ ਆ ਵੀ ਪੈਪ ਚੱਕ ਗਰੀਸ ਵਾਲੀਆਂ ਸਾਰੀਆਂ ਪੈਪਾਂ ਚੱਕ ਲਾ ਰਬੜਾ ਵੀ ਲੈ ਆ ਪੀਲੀਆਂ ਰਬੜਾਂ ਵੀ ਨਵੀਆਂ ਨੇ ਆ ਵੀ ਵਿੱਚ ਪਾ ਦਿਓ ਪਲੇਟਾਂ ਆ ਵੀ ਉਹ ਵੀ ਚੱਕ ਰੈਂਚ ਦਾ ਰੱਖ ਹੀ ਲੈ ਫਿਰ ਲੋਡ ਕਰਾ ਲਾਂਗਾ ਨਵਾਂ ਵਾ ਨਵਾਂ ਇਹ ਤਾਂ ਰੱਖ ਦੇ ਵਿੱਚ ਹੀ ਪਾ ਦੇ ਇਹਨੂੰ ਚੱਕ ਕੇ ਗੱਟੂ ਨੂੰ ਉੱਧਰ ਰੱਖ ਆ ਸਮਾਨ ਵਾਲੇ ਅੰਦਰ ਆ ਵੀ ਰਬੜ ਪਾ ਵਿੱਚ ਆ ਨਵੀਂ ਆ ਰਬੜ ਆ ਦੋਨੇ ਰਬੜਾਂ ਦੇ ਦੇ ਨਵੀਆਂ ਨੇ ਦੋਨੇ ਰਬੜ ਇਹ ਤਾਂ ਟੁੱਟਿਆ ਮਜਲੂ ਆ ਨਾ ਦੇ ਬਾਰਾਂ ਕਿਲੋ 260 ਹੋ ਗਿਆ ਪਿੱਤਰ ਹੋ ਗਈ ਸਫਾਈ ਬਣਨ ਵਾ ਆ ਯਾਰ ਰੱਸਾ ਰੁਸਾ ਨਾ ਇਕੱਠਾ ਕਰਕੇ ਰੱਖਣਾ ਸੀਗਾ ਆਹ ਦੇ ਰੱਸੇ ਉਵੇਂ ਪਏ ਨਾ ਹੁਣ ਆਪਾਂ ਨੂੰ ਆਲੂ ਵਾਲੇ ਟਰਾਲੀਆਂ ਚ ਲੋਡ ਪੈਣਗੇ ਬਾਹਰ ਕਲੀਅਰ ਲੱਕੜੀ ਟੋਸ਼ਨ ਕਲੀਅਰ ਅੱਛਾ
ਲਓ ਜੀ ਅੱਜ ਭਾਈ ਹੁਣੀ ਕਟਰ ਪਾਉਣਗੇ ਮਸ਼ੀਨ ਦਾ। ਆਹ ਟੁੱਟ ਗਿਆ ਮਾੜਾ ਜਿਹਾ, ਇਹ ਬਿਲਡਿੰਗ ਕਰਨਾ ਆਪਣੇ ਕੋਲ ਹੈਗੀ ਆ ਬਿਲਡਿੰਗ ਸੈੱਟ ਆਪਣਾ। ਇਸ ਤੋਂ ਬਾਅਦ ਬੰਦੇ ਬਾਲਣ ਚਲਾਉਣ ਜਾਣਗੇ, ਲੱਦਿਆ ਬਾਲਣ, ਘਰੇ ਲੋੜ ਆ ਬਾਲਣ ਦੀ। ਕੱਢ ਲਈ ਦੂਜੀ ਮਸ਼ੀਨ, ਲਾ ਤਾਂ ਦੂਜੀ ਮਸ਼ੀਨ ਦਾ ਫੀਡਰ ਵੀ ਇਹਦੀ ਕਟਰ 'ਤੇ ਕਰਕੇ, ਇਹਦੀ ਪਲੇਟ ਟੁੱਟੀ ਹੋਈ ਆ। ਆਹ ਦੇਖੋ ਕਿੱਥੋਂ ਤੜਕੀ ਸੀ, ਆਹ ਤੜਕੀ ਸੀ, ਹੁਣ ਇਹ ਤਾਂ ਗਰੰਟੀ 'ਚ ਮਿਲ ਜਾਣੀ ਆਪਾਂ ਨੂੰ। ਇਹਦੀ ਪਲੇਟ ਮੋਟੀ ਲੱਗੀ ਹੋਈ ਆ, ਇੱਥੋਂ ਵੀ ਟੁੱਟੀ ਸੀ ਇਹਦੀ ਪਲੇਟ, ਇਹ ਪਰ ਆਪਾਂ ਨੂੰ ਗਰੰਟੀ 'ਚ ਮਿਲ ਜਾਣੀ ਕਿਉਂਕਿ ਖੁੱਲਦੀ ਕਰੀ ਹੋਈ ਆ ਪਲੇਟ, ਇਹ ਆਪਾਂ ਨੂੰ ਗਰੰਟੀ 'ਚ ਮਿਲ ਜਾਣੀ। ਇਹ ਆਪਣੀ ਨਵੀਂ ਮਸ਼ੀਨ ਦਾ ਫੀਡਰ ਆ, ਜਿਹੜੀ ਉੱਚਾ ਮਾਡਲ ਆ, 22 ਮਾਡਲ ਆ ਜਿਹੜੀ, ਇਹ ਵਾਲੀ 22 ਮਾਡਲ, ਇਹਦੇ ਆਪਣਾ ਦੇਸੀ ਆਹ ਲੱਗਿਆ ਹੋਇਆ, ਜਾਣੀ ਕਿ ਬਾਹਰੋਂ ਐਸ ਐਮ ਐਸ ਬਾਈ, ਇਹਦਾ ਐਸ ਐਮ ਐਸ ਵੀ ਲਾਉਣਾ ਪੈਣਾ। ਐਵੇਂ ਐਵੇਂ ਚਲਵਾ ਦੀਏ, ਖੋਲਿਆ ਥ੍ਰੈਸ਼ਰ ਉਹਦੇ, ਫਿਰ ਕੀ ਬਣਿਆ ਚੰਦਾ ਜੀ ਦਾ, ਮੰਗਾ ਲੈਣੇ ਸੀ ਯਾਰ। ਲਓ ਜੀ ਵੀਰੇ, ਇਹਦਾ ਮਸ਼ੀਨ ਦਾ ਕੁਛ ਵੀ ਨਹੀਂ ਹੋਣ ਵਾਲਾ, ਇਕੱਲਾ ਬਸ ਥ੍ਰੈਸ਼ਰ ਕੱਢਣਾ ਅਤੇ ਦੂਜਾ ਥ੍ਰੈਸ਼ਰ ਪਾ ਦੇਣਾ, ਬਸ ਆਹ ਕੰਮ ਹੈ ਇਹਦਾ। ਹਜੇ ਤੱਕ ਤਾਂ ਹੋਰ ਜਾਣੀ ਕਿ ਕੁਛ ਨਹੀਂ ਹੈਗਾ ਕਰਨ ਵਾਲਾ, ਵੀ ਹੋਰ ਕੁਛ ਕਰਨ ਆ ਜਾਂਦਾ, ਕੁਛ ਨਿਕਲੇ ਹੀ ਨਹੀਂ ਹੋਰ ਕੁਛ ਕਰਨ ਵਾਲਾ। ਅਤੇ ਦੂਜੀ ਮਸ਼ੀਨ ਲਾ ਤੀ ਇੱਧਰ ਸੈੱਟ ਕਰਕੇ, ਇਹ ਪੂਰੀ ਡਨ ਹੋ ਗਈ ਆ, ਸਾਰਾ ਕੰਮ ਇਹਦਾ ਹੋ ਗਿਆ, ਕੁਛ ਨਹੀਂ ਰਹਿੰਦਾ ਇਹਦਾ ਕਰਨ ਵਾਲਾ, ਸਾਰਾ ਕੰਮ ਇਹਦਾ ਖਤਮ ਹੋ ਗਿਆ। ਇਹਦਾ ਪੂਰਾ ਪ੍ਰੋਪਰ ਹੋ ਗਿਆ ਕੰਮ, ਇਹਦਾ ਨਹੀਂ ਹੁਣ ਕੁਛ ਵੀ ਰਹਿੰਦਾ ਕੰਮ। ਇੱਕ ਵਾਰ ਗੇੜਾ ਜਿਹਾ ਪਾ ਦੇਣਗੇ ਵੀ ਵਿੱਚੋਂ ਜਿਹੜਾ ਗੰਦ ਮੰਦ ਆ ਨਿਕਲ ਜੂ ਸਾਰਾ। ਇਹਦੇ ਸਾਰੀਆਂ ਬੈਲਟਾਂ ਦੇ ਵਿੱਚ ਆਹ ਵਾ ਲੱਗਿਆ ਹੈ, ਦੇਖ ਲਓ ਐਡਜਸਟਮੈਂਟ ਲਈ ਆਹ ਥ੍ਰੈਸ਼ਰ ਚੱਲਦਾ। ਬਸ ਇੰਨੀ ਕੁ ਸਪੀਡ 'ਤੇ ਚੱਲਦੀ ਹੈ,
ਆ ਇਹਦੇ ਦੋ ਜੈਕ ਨਾ ਮੱਕੀ ਵਾਲੇ ਕਟਰ ਨੂੰ ਕੰਮ ਆਉਂਦੇ ਆ, ਜਿਹੜੇ ਆਹ ਦੋ ਜੈਕ ਆ ਇਹ ਨਾ ਕਿੱਟ ਦੇ ਵਿੱਚ ਹੀ ਆਉਂਦੇ ਆ, ਮੱਕੀ ਵਾਲੀ ਕਿੱਟ ਦੇ ਵਿੱਚ। ਅਤੇ ਫਿਰ ਆਪਾਂ ਖੋਲ੍ਹੇ ਹੀ ਨਹੀਂ ਹੈਗੇ ਉਦੋਂ ਬਾਅਦ, ਹੈ ਨਾ, ਵੀ ਕਾਹਨੂੰ ਖੋਲ੍ਹਣਾ ਕਰਨਾ ਵਾ। ਪੱਕੇ ਲੱਗੇ ਹੀ ਛੱਡੇ ਹੁੰਦੇ ਆ ਆਪਣੇ, ਇਹਦੇ ਵੀ ਲੱਗੇ ਹੋਏ ਆ, ਦੂਜੀ ਮਸ਼ੀਨ ਦੇ ਵੀ ਲੱਗੇ ਹੋਏ ਆ ਪੱਕੇ ਹੀ। ਵੀ ਖੋਲ੍ਹਣ ਕਰਨ ਦੀ ਲੋੜ ਹੀ ਨਹੀਂ ਪੈਂਦੀ, ਮਸ਼ੀਨਾਂ ਧਵਾਉਂਦੇ ਬਹੁਤ ਘੱਟ ਆ ਆਪਾਂ, ਜਦੋਂ ਸੀਜ਼ਨ 'ਚ ਧੋ ਸਕਦੇ ਹਾਂ, ਪਰ ਆਪਾਂ ਐਵੇਂ ਖੜਾ ਕੇ ਨਹੀਂ ਧੋਂਦੇ ਬਿਲਕੁਲ ਵੀ। ਆ ਚੈਨ ਖੜਕਦੀ ਆ ਨਾ, ਹਾਂ ਕਹਿੰਦਾ ਆ ਵੀ ਨਾਟ ਲੀਕ ਆ ਬਾਈ। ਚੱਕਰ ਘਟਾ ਲੇ, ਆ ਦੇ ਲੋ ਬਟਨ ਨਾਲ ਹੀ ਘਟੀ ਜਾਂਦੇ ਨੇ। ਇਹ ਵਾਲੀ ਮੋਟਰ ਇਹ ਕਟਰ ਤੇ ਵੀ ਇਹਦੇ ਨਾਲ ਦੀ ਹੈ ਨਾ ਸੇਮ, ਹਵਾ ਮਾਰਨੀ
ਧੋਣਾ ਟਰੈਕਟਰ ਧੋਲਾ ਫਿਰ ਉਹਨਾਂ ਨੂੰ ਕਵਾਂ ਸਵੇਰੇ ਮੋਬਾਈਲ ਵੀ ਬਦਲ ਜਾਣਗੇ ਨਹੀਂ ਆ ਫਿਰ ਧੋਤੇ ਧੋਤੇ ਤੇ ਬਦਲ ਜਾਣਗੇ ਜੇ ਹੁਣ ਹੀ ਵਿਹਲੇ ਹੋਏ ਤਾਂ ਹੁਣ ਪੁੱਛਾਂ ਉਹਨਾਂ ਨੂੰ ਹੁਣ ਹੀ ਪੁੱਛ ਹੈ ਹਾਂ ਉਹੀ ਕਹਿੰਦਾ ਵੀ ਧੋਤਾ ਹੋਊਗਾ ਸਾਫ ਕਿਵੇਂ ਹੋ ਵੀਰੇ ਵਧੀਆ ਵੀਰੇ ਆਪਣੇ 50-45 ਦੀ ਸਰਵਿਸ ਕਰਨ ਨੂੰ ਭੇਜ ਦਿਓ ਬੰਦਾ ਕੋਈ ਹੁਣੀ ਭੇਜ ਦਿਓ ਓਕੇ ਪਤਾ ਕੀ ਆ ਹੁਣ ਮੈਂ ਧੋਣ ਲੱਗਿਆ ਟਰੈਕਟਰ ਹੈ ਨਾ ਉਹ ਜਿਹੜਾ ਆਪਣਾ ਬੇਲਾਂ ਵੱਢਦਾ ਵਾ ਉਹਨੇ ਧੋਣਾ ਮੁੰਡੇ ਨੇ ਆਉਣਾ ਅਤੇ ਮੈਂ ਕਹਿੰਦਾ ਲਵੇੜ ਆਉਂ ਬਾਅਦ 'ਚੋਂ ਹੀ ਪਈ ਪਹਿਲਾਂ ਸਰਵਿਸ ਕਰਾ ਦਈਏ ਨਹੀਂ ਹਾਲਾਤ ਬੁਰੇ ਹੋ ਜਾਂਦੇ ਆ ਇਹਦੇ 'ਤੇ ਵੀ ਚੱਲਦੇ ਬੇਲ ਵਾਲੇ 'ਤੇ ਬਹੁਤ ਕੰਮ ਦਿੰਦੇ ਆ ਟਰੈਕਟਰ 10 ਪਲੇਟਾਂ ਪਾਈਆਂ ਹੋਈਆਂ ਉਹਨਾਂ 'ਤੇ 1, 2, 3, 4, 5, 6, 7, 8, 9, 10 ਦਸ ਪਲੇਟਾਂ ਨੇ ਫਿਰ ਇਹਦਾ ਵੱਟਾ ਵੀ ਪੂਰਾ ਵੱਡਾ ਵਾ ਠੀਕ ਨਹੀਂ ਵੀਰੇ ਅਤੇ ਚਲੋ ਸਰਵਿਸ ਨੂੰ ਕਹਿਤਾ ਅਤੇ ਹੁਣ ਕਰ ਜਾਣਗੇ ਸਰਵਿਸ ਵੀ 50 ਘੰਟੇ ਉੱਪਰ ਹੀ ਚੱਲ ਗਿਆ ਉੱਦਣ ਵੀ ਪਿਆ ਸੀ ਚੇਤਾ ਭੁੱਲ ਗਿਆ ਮੇਰਾ ਕਹਿਣਾ ਸੀਗਾ ਅਤੇ ਹੁਣ ਚੱਲ ਕਹਿਤਾ ਵੀਰੇ ਨੂੰ ਸਵੇਰੇ ਆ ਕੇ 10 ਵਜੇ ਨੂੰ ਕਰ ਜਾਣ ਪੂਰਾ ਬੁਰਾ ਹਾਲ ਹੋਇਆ ਹੁੰਦਾ ਟਰੈਕਟਰ ਦਾ ਅਤੇ ਆਹ ਦੇਖ ਲਓ ਕੀ ਹਾਲਾਤ ਹੋਏ ਹੋਏ ਆ ਧੋਣ ਨਾਲੋਂ ਉੱਥੇ ਅੱਡੇ ਤੇ ਹੀ ਪਤਾ ਕਰਿਆ ਉੱਥੇ ਹੀ ਧਵਾ ਲਿਆ ਉਹ ਪਰਲੇ ਦਾ ਧੋ ਨਹੀਂ ਦੇਣਗੇ ਢੈਬੀ ਵਾਲੇ ਜਿਹੜੇ ਦੋਨੀ ਉੱਥੇ ਧਵਾ ਲੈ ਕਾਹਨੂੰ ਠੰਡ ਚ ਬਿਮਾਰ ਹੋਣਾ ਰੁਕ ਜਾ ਪੁੱਛਾਂ ਉਦੋਂ ਕਿੰਨੇ ਵਜੇ 4 ਤੂੰ ਕਹਿ ਲੱਗਣਾ ਦੁਗਾ ਬੇਲ ਤਾਂ ਮਾੜਾ ਛਿਲਕਾ ਦਾ ਪੱਕ ਜਵੇ ਆ ਗਿਆ ਉਹ ਬੁੜੀਆਂ ਨੂੰ ਵੀ ਆਪਾਂ ਰੱਖਾਂਗੇ ਨਾ ਗਫਾਰ ਹੁਣੀ ਆਲੂ ਚੱਕੀ ਚੱਲਿਆ ਕਰਨਗੇ ਗਫਾਰ ਹੁਣੀ ਆਲੂ ਚੱਕੀ ਜਾਣਗੇ ਉਹ ਬੁੜੀਆਂ ਆਪਣੀ ਬੁੜੀਆਂ ਪਟਾਈ ਦੇ ਕਰੀ ਜਾਣਗੇ ਜਦੋਂ ਸੁੱਕਾ ਚ ਵੇਲਾਂ ਵੱਢਦਾ ਪਰ ਫਿਰ ਵੀ ਕਰਦਾ ਚੱਕ ਲੈਂਦਾ ਟਰੈਕਟਰ ਆਪਦੇ ਹਵਾ ਵਾਲੇ ਦਾ ਇਹੀ ਫਾਇਦਾ ਕਿ ਬੰਦਾ ਜਿੱਦਣ ਮਰਜ਼ੀ ਜਿਵੇਂ ਚਾਹਵੇ ਹਵਾ ਮਾਰ ਸਕਦਾ ₹17,000 ਦਾ ਆਇਆ ਸੀ ਇਹ ਸਾਰਾ ਟੋਟਲ ਉਹ ਦੱਸਦਾ ਹੁਣੀ ਫੋਨ ਕਰਦਾ ਜਨ ਤੂੰ ਮਾਰ ਹਵਾ ਆਹੋ ਯਾਰ ਉਹ ਤਾਂ ਮੈਂ ਕਿੱਦਣ ਦਾ ਕਿਹਾ ਆ ਜਾ ਧਵਾ ਲਿਆ ਕੱਪੜੇ ਪਾ ਜਾ ਲੇਟ ਨਾ ਕਰ ਐਵੇਂ ਸਵਾਰ ਕੇ ਸਾਫ ਕਰਵਾ ਲਿਆ ਇੱਕ ਵਾਰ ਹੁਣ ਕੱਲ ਨੂੰ ਸਰਵਿਸ ਕਰਵਾ ਕੇ ਨਾ ਫੇਰ ਹੀ ਲੱਗਾਂਗੇ ਵੇਲ ਵੱਢਣ
ਚੱਲ ਭੱਜ ਜਾ ਲੈ ਜਾ ਕਰ ਇਹਨੂੰ ਤਾਂ ਇਹਨੂੰ ਵਿੱਚੋਂ ਦਬਾਉਣ ਦੀ ਲੋੜ ਨੀ ਇਹਦੇ ਨਾਲ ਇਕੱਲਾ ਪਾਣੀ ਮਰਵਾ ਦੀ ਟਰੈਕਟਰ ਦਬਾ ਲਾ ਵਾ ਸਾਹਿਬ ਨਹੀਂ ਤਾਂ ਇਹਨੂੰ ਤਾਂ ਜੇ ਕੱਢ ਕੇ ਜਾਣਾ ਕੱਢ ਕੇ ਚੱਲ ਜਾ ਚੱਲ ਫਿਰ ਹੈਂ ਮੈਂ ਕਿਹਾ ਜੇ ਇਹਨੂੰ ਤਾਂ ਆਪ ਹੀ ਮਾਰਨਾ ਪਾਣੀ ਉੱਥੇ ਕਢਾ ਕੇ ਆਪ ਵੀ ਮਾਰ ਲਈ ਜੇ ਲੈ ਕੇ ਜਾਣਾ ਲੈ ਜਾ ਫਿਰ ਨਾਲ ਹੀ ਆਹੋ ਉੱਥੇ ਖੋਲਦੇ ਇਹਨੂੰ ਮੈਂ ਕਿਹਾ ਇੰਨਾ ਭਾਰ ਕਾਹਨੂੰ ਚੱਕੀ ਲਈ ਜਾਣਾ ਇਹਨੂੰ ਕੱਢਦੇ ਇਹਦੇ ਤਾਂ ਆਪਾਂ ਆਪ ਪਾਣੀ ਮਾਰਦੀ ਸਵੇਰੇ ਪਾਣੀ ਮਾਰ ਲਾਂਗੇ ਇਹਦੇ ਤੇ ਇਕੱਲੇ ਤੇ ਵਿੱਚ ਪਾਣੀ ਮਾਰਨ ਦੀ ਲੋੜ ਨਹੀਂ ਆ ਉੱਪਰ ਉੱਪਰ ਪਾਣੀ ਮਾਰ ਲਾਂਗੇ ਟਾਪੇ ਤੇ ਇਕੱਲੇ ਤੇ ਟਰੈਕਟਰ ਧਵਾ ਲਾ ਇੱਕ ਵਾਰ ਇਕੱਲਾ ਟਾਪਾ ਇਹ ਤੇ ਉੱਤੇ ਉੱਤੇ ਹੀ ਧੋਣਾ ਆਪਾਂ ਆ ਮਗਰੋਂ ਟਾਇਰ ਟੂਰ ਧੋ ਦਾਂਗੇ ਤੂੰ ਕੀ ਕਰਦੀ ਆ ਹੈਂ ਆ ਗਿਆ ਇਹਨੂੰ ਸਾਨੂੰ ਜੈਲਸੀ ਹੋ ਜਾਂਦੀ ਹੈ ਵੀ ਉਹਨੂੰ ਇੰਨੀ ਕੁੱਤੇ ਖਾਣੀ ਹੁੰਦੀ ਕਰਦੇ ਆ ਇੱਕ ਦੂਜੇ ਦੀ ਇਹ ਲੜਦੇ ਆ ਇੱਕ ਹੀ ਨਹੀਂ ਹੁੰਦਾ ਇਹਨਾਂ ਦਾ ਦੇਖ ਲਓ ਫਾਈਟ ਚੱਲ ਪਈ ਇਹਨਾਂ ਦੀ ਜਾਦੀ ਬਸ ਹੁਣ ਫਾਈਟ ਹੀ ਚੱਲੀ ਜਾਣੀ ਕਿੰਨਾ ਟਾਈਮ ਇਹ ਚੱਲਦੀ ਰਹਿੰਦੀ ਚਲੋ ਜੀ ਕੱਢਤਾ ਇਹਨੇ ਹੁਣ ਇਕੱਲਾ ਟਰੈਕਟਰ ਧਵਾ ਲਿਓ ਇਸ ਸਾਧ ਆਪਣਾ ਚੱਲ ਪਈ ਫਾਈਟ ਆਹ ਆਪਾਂ ਰੂਮ ਦੇ ਵਿੱਚ ਵੀ ਰੰਗ ਕਰਾਉਣਾ ਅਤੇ ਲੱਗੇ ਆਹ ਪਹਿਲਾਂ ਕੰਧਾਂ ਨਾ ਬਰਾਊਨ ਜਿਹੀਆਂ ਸੀਗੀਆਂ ਛੱਤ ਨਾਲ ਦੀਆਂ ਹੁਣ ਆਪਾਂ ਬਿਲਕੁਲ ਲਾਈਟ ਕਰਕੇ ਰੰਗ ਇਹਨੂੰ ਥੋੜ੍ਹੀ ਜਿਹੀ ਗ੍ਰੇ ਕਰ ਦੇਣਾ ਫਿੱਕੀ ਜਿਹੀ ਗ੍ਰੇ ਹੈ ਨਾ ਅਤੇ ਫਿਰ ਜਿਹੜਾ ਵੀ ਕੁਛ ਆਪਣਾ ਮਿਲਿਆ ਕਰੂਗਾ ਇੱਧਰ ਹੀ ਆਹੀ ਵੋਲ 'ਤੇ ਟੰਗਿਆ ਕਰਾਂਗੇ ਮਿਲੇ ਹੋਇਆ ਕਾਫੀ ਕੁਛ ਅਤੇ ਵੀ ਸਾਰਾ ਇੱਧਰਲੀ ਵੋਲ 'ਤੇ ਇੱਧਰ ਵੀ ਟੰਗਾਂਗੇ ਇਹ ਕਰਾਂਗੇ ਇੱਕ ਤਾਂ ਸੁੱਕਦਾ ਨਹੀਂ ਨਾ ਹੈਗਾ ਰੰਗ ਗਿੱਲੇ ਦਾ ਗਿੱਲਾ ਪਿਆ ਤਾ ਅਤੇ ਕਿਚਨ ਵੀ ਹੋ ਗਈ ਆਪਣੀ ਰੈਡੀ ਕਾਫੀ ਹੋ ਗਿਆ ਕੰਮ ਪਲਸਤਰ ਅੰਦਰ ਬਾਹਰੋਂ ਜਿਵੇਂ ਹੁਣ ਆਲੂ ਤਾਂ ਫਰਿੱਜ 'ਚ ਲੱਗਿਆ ਉਵੇਂ ਪਿਆ ਵਾ ਪਰ ਫਿਰ ਵੀ ਮੈਂ ਕਿਹਾ ਦੇਖ ਲਈਏ ਸੈਸ ਉਹ 'ਚ ਕੀ ਕਹਿੰਦਾ ਹੀ ਮਾਲਣੀ ਸੀ ਆਉਂਦਾ ਇਹਨੂੰ ਸਾਨੂੰ ਟਾਹਣੀਆਂ ਬੜੀਆਂ ਪੈਂਦੀਆਂ ਆਲੂ ਨੂੰ ਆਲੂ ਜਿਹੜੇ ਸਾਲੇ ਵੱਡੇ ਆ ਉਹ ਥੱਲੇ ਆ ਉਹ ਨਿਕਲਣੇ ਨਹੀਂ ਹੱਥ ਨਾਲ
ਇਹਨੂੰ ਗਿਣਤੀ 'ਚ ਦਾਣੇ ਤਾਂ ਵਾਧੂ ਪੈਂਦੇ ਆ, ਗਿਣਤੀ 'ਚ ਦਾਣੇ ਦੀ ਤਾਂ ਕੋਈ ਅੰਤ ਹੀ ਨਹੀਂ ਸਾਲੇ ਨੂੰ, ਇੰਨੇ ਗਿਣਤੀ 'ਚ ਦਾਣੇ ਪੈਣੇ ਇਹਨੂੰ। ਲੈ ਆ ਦੇ ਲਓ ਇੱਕ ਬੂਟੇ ਦੀ ਆਲੂ ਹੈ, ਇਹ ਦੇ ਲਓ ਨਿੱਕੀਆਂ ਨਿੱਕੀਆਂ ਟਿੱਡੀਆਂ ਜਿਹੀਆਂ ਤਾਂ ਬਹੁਤ ਪਈਆਂ ਪੈ ਜਾਂਦੀਆਂ ਨੂੰ ਆਲੂ ਨੂੰ। ਹਾਂਜੀ ਵੀਰੇ, ਆਪਣਾ 10 ਨਵੰਬਰ ਦੇ ਨੇੜੇ ਦਾ ਆਲੂ ਲੱਗਿਆ ਹੋਇਆ ਹੈ ਨਾ, 10 ਨਵੰਬਰ ਦੇ ਨੇੜੇ ਲੱਗਿਆ ਸੀਗਾ ਆਲੂ, ਅਤੇ ਵਧੀਆ ਪਿਆ ਵਾ ਹਜੇ। ਇਹਤੇ ਹੁਣ ਸਪਰੇਹਾਂ ਸਪਰੂਹਾਂ ਕਰਤੀਆਂ ਸੀਗੀਆਂ। ਦੇਖ ਲਓ ਕਿੰਨੇ ਪਏ ਆ ਗਿਣਤੀ 'ਚ ਦਾਣੇ, 1 2 3 4 5 6 7 8 9 10 11 12 13 14 ਦਾਣੇ ਨੇੜੇ ਪਏ ਆ। ਪਰ ਇਹਨਾਂ ਨੇ ਦਿਨ 'ਚ ਹੁਣ ਜਿੱਦਣ ਧੁੱਪਾਂ ਲੱਗਣ ਲੱਗ ਗਈਆਂ, ਇਹਨਾਂ ਨੇ ਇੱਕਦਮ ਸਾਈਜ਼ ਕਰ ਜਾਣਾ ਸਾਰੇ, ਵਧੀਆ ਹੋ ਜਾਂਦਾ ਇਹਦੇ ਵਿੱਚੋਂ ਆਲੂ, ਕੋਈ ਐਂ ਨਹੀਂ ਹੈਗਾ, ਵਧੀਆ ਹੋ ਜਾਣਾ। ਬੇਲ ਬੂਲ ਤਾਂ ਹਜੇ ਪੂਰੀ ਵਧੀਆ ਖੜ੍ਹੀ ਆ, ਐਨ ਪੂਰੀ ਵਧੀਆ ਖੜ੍ਹੀ ਆ, ਗੱਲ ਵੀ ਥੱਲੇ ਆਲੂਆਂ ਦੇ ਥੱਲੇ ਵਾਧੂ ਆ, ਵਧੀਆ ਹੋ ਜਾਣਾ। ਇੱਕ ਇਹਦਾ ਸਟੈਪ ਟੈਸਟ ਕੱਚਾ ਜਿਹਾ ਕਰਾਂਗੇ ਵੀ ਕਿੰਨਾ ਕਹਿੰਦਾ, ਪਰ ਹਜੇ ਤਾਂ ਆਪਾਂ ਇਹਦਾ ਤਾਂ ਜ਼ਿਆਦਾ ਤਾਂ ਆਪਾਂ ਰਾਸ਼ਨ ਨੂੰ ਬਣਾਉਣ ਦੀ ਆ ਚੱਕਰ, ਕੀ ਰਾਸ਼ਨ ਹੀ ਬਣਾਉਣ ਦਾ ਹੈਗਾ, ਵੀ ਵਾਧੂ ਨਿਕਲਿਆ ਹੁੰਦਾ ਇਹਦੇ ਵਿੱਚੋਂ।